HDFC ਬੈਂਕ ਦੇ ਕੋਲੋਂ ਜਿਹੜੀ ਆ ਇੱਕ ਐਕਟਿਵਾ ਚੋਰੀ ਹੋਈ ਸੀ ਪਹਿਲਾਂ, ਜਿਸ ਦੇ ਆਧਾਰ 'ਤੇ ਸੀ ਜਿਹੜਾ ਇਹ ਕੇਸ ਰਜਿਸਟਰ ਕੀਤਾ ਗਿਆ ਸੀਗਾ। ਇਹ ਕੇਸ ਕੀਤਾ ਸੀਗਾ ਅਸੀਂ ਜੀ ਮਿਤੀ ਆਪਣਾ 16/4/2023 ਅੰਡਰ ਸੈਕਸ਼ਨ 379 PS ਥਾਣਾ ਸਦਰ ਕੋਟਪੂਰਾ ਜੀ। ਤਾਂ ਉਸ ਤੋਂ ਬਾਅਦ ਜਿਹੜਾ ਇਸ ਤੋਂ ਨੈਕਸਟ ਜਿਹੜੀ ਆ ਤਫਤੀਸ਼ ਕਰ ਗਿਆ ਸਾਨੂੰ ਜਿਹੜੀ ਇਹਦੀ ਇਹਦੇ 'ਚ ਆਪਣਾ ਇੱਕ ਵਿਅਕਤੀ ਨੋਮੀਨੇਟ ਕੀਤਾ ਸੀ ਅਸ਼ਵਨੀ ਕੁਮਾਰ ਪੁੱਤਰ ਰਜਿੰਦਰਪਾਲ ਸ਼ਰਮਾ ਵਾਸੀ ਹਜ਼ਾਰਾਂਵਾਲੀ ਗਲੀ ਮੋਗਾ। ਤਾਂ ਇਹਨਾਂ ਦੀ ਜਿਹੜੀ ਕਸਟੱਡੀ ਦੇ ਵਿੱਚ ਸਾਨੂੰ 8 ਐਕਟਿਵਾ ਅਤੇ ਇੱਕ ਸਪਲੈਂਡਰ ਮੋਟਰਸਾਈਕਲ 9 ਵਹੀਕਲ ਜਿਹੜੇ ਆ ਬਰਾਮਦ ਹੋਇਆ। ਤਾਂ ਇਸ ਤੋਂ ਇਲਾਵਾ ਇਹਦੇ 'ਚ ਅਸੀਂ ਇੱਕ ਲਾਭਪ੍ਰਤੀ ਔਰ ਲੱਭੀ ਪੁੱਤਰ ਰਾਜਵਿੰਦਰ ਸਿੰਘ ਜੋ ਵਾਸੀ ਬੁੱਕਣ ਵਾਲਾ ਜੋ ਕਿਹਦੇ ਤੋਂ ਖਰੀਦਦਾ ਸੀਗਾ ਉਹਨੂੰ ਨੋਮੀਨੇਟ ਕੀਤਾ। ਤਾਂ ਇਹ ਜਿਹੜੇ ਸਾਰੇ ਵਹੀਕਲਸ ਆ ਇਹਨਾਂ ਨੇ ਕੋਟਪੂਰਾ ਫਰੀਦਕੋਟ ਮੋਗਾ ਇਹ ਬੈਲਟ 'ਚੋਂ ਦੱਸਿਆ ਜੀ ਪਹਿਲੀ ਪੁੱਛਗਿੱਛ ਦੇ ਵਿੱਚ। ਬਾਕੀ ਇਸ ਤੋਂ ਇਲਾਵਾ ਜਿਹੜੀ ਤਫਤੀਸ਼ ਜਾਰੀ ਹੈਗੀ ਆ ਅਤੇ ਜਿਹੜੇ ਇਹਦੀ ਤਫਤੀਸ਼ ਹੈਗੀ ਆ ਚਮਕੌਰ ਸਿੰਘ ਅਤੇ SHO ਸਦਰ ਕੋਟਪੂਰਾ ਇਹਨਾਂ ਨੇ ਮਤਲਬ ਕਾਫੀ ਮਿਹਨਤ ਕੀਤੀ ਹੈਗੀ ਜੀ। ਅਤੇ ਬਾਕੀ ਅੱਗੇ ਨੈਕਸਟ ਤਫਤੀਸ਼ ਜਾਰੀ ਆ। ਬਾਕੀ ਜੋ ਕਿੰਨੇ ਵਹੀਕਲ ਸਰ? ਇਹ 9 ਵਹੀਕਲ ਆ ਜੀ ਟੋਟਲ। ਸਰ ਇਹ ਕੀ ਕਰਦੇ ਸੀ ਵਹੀਕਲ ਚੋਰੀ ਕਰਨ ਤੋਂ ਬਾਅਦ ਕਿੱਥੇ ਵੇਚਦੇ? ਨੈਕਸਟ ਵੇਚਦਾ ਸੀ ਇਹਨੂੰ ਆਪਣਾ ਲਵਪ੍ਰੀਤ ਨੂੰ। ਹੁਣ ਜਦੋਂ ਲਵੀ ਨੂੰ ਅਰੈਸਟ ਕਰਨ ਤੋਂ ਬਾਅਦ ਸਾਨੂੰ ਇਹ ਪਤਾ ਚੱਲੂਗਾ ਵੀ ਅੱਗੇ ਉਹ ਕੀ ਕਰਦੇ ਸੀਗੇ। ਅਜੇ ਤੱਕ ਜਿਹੜੇ ਆ ਇਹ ਵਹੀਕਲ ਇਹਨਾਂ ਨੇ ਬਰਾਮਦ ਕਰਵਾਏ। ਹੁਣ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਹੈਗਾ ਜੀ ਅਤੇ ਇਹ ਕੋਈ ਲੰਬਾ ਸਮਾਂ ਨਹੀਂ ਹੈ, ਮਹੀਨੇ ਡੇਢ ਮਹੀਨੇ ਦੀਆਂ ਚੋਰੀਆਂ ਸਨ ਇਹਦੇ 'ਤੇ ਜੀ। ਉਹ ਅਸੀਂ ਰਿਕਾਰਡ ਫੜਾਉਂਦੇ ਹਾਂ, ਅਜੇ ਤੱਕ ਨਹੀਂ ਪਤਾ ਲੱਗਿਆ, ਫਿਰ ਵੀ ਇਹਦੀ ਦੁਬਾਰਾ ਪਾਈ ਸਾਡੀ ਵਗੈਰਾ ਆਪਾਂ ਚੈੱਕ ਕਰਨ ਲੱਗੇ ਜੀ। ਸਰ 379 IPC ਦੇ ਤਹਿਤ ਜੀ। ਠੀਕ ਸਰ। ਅੱਛਾ ਜੀ, ਆਪਦੇ ਮਾਧਿਅਮ ਰਾਹੀਂ ਰਿਕੁਐਸਟ ਹੈਗੀ ਆ ਵੀ ਸਾਡੇ ਕੋਲ 8 ਐਕਟਿਵਾ 1 ਸਪਲੈਂਡਰ ਮੋਟਰਸਾਈਕਲ ਆ। ਤਾਂ ਜਿਸ ਕਿਸੇ ਦੇ ਵਹੀਕਲ ਕੋਈ ਚੋਰੀ ਆ ਸਾਡੇ ਨਾਲ ਸੰਪਰਕ ਕਰ ਸਕਦਾ, ਤਾਂ ਅਸੀਂ ਉਸਨੂੰ ਪਹਿਚਾਣ ਕੇ ਇੰਜਨ 'ਚ ਸੀ ਨੰਬਰ ਆਪਣੀ RC ਵਗੈਰਾ ਜੇ ਕਿਸੇ ਕੋਲ ਹੈਗੇ ਤਾਂ ਲੈ ਆਉਣ, ਜਾਂ ਕੋਈ ਵੀ ਮਤਲਬ ਨਿਸ਼ਾਨੀ ਜਿਹਨੇ ਉਹਦੇ 'ਚ ਮਾਲਕੀਅਤ ਸਾਬਤ ਹੁੰਦੀ ਹੋਈ ਅਸੀਂ ਉਹ ਵਹੀਕਲ ਜਿਹੜੇ ਅਸੀਂ ਉਹਨਾਂ ਨੂੰ ਸਪੋਰਟ ਕਰਕੇ ਦੇ ਦਾਂਗੇ। ਅਤੇ ਇਸ ਨਾਲ ਜਿਹੜੀ ਆ ਤਫਤੀਸ਼ ਦੇ ਵਿੱਚ ਨੈਕਸਟ ਹੋਰ ਮਤਲਬ ਸਾਡੀ ਜਾਣਕਾਰੀ ਵੀ ਵਧੂਗੀ। ਤਾਂ ਆਪਦੇ ਰਹੀ ਅਸੀਂ ਪਬਲਿਕ ਨੂੰ ਅਪੀਲ ਕਰਦੇ ਹਾਂ ਵੀ ਸਾਡੇ ਨਾਲ ਸੰਪਰਕ ਕਰਕੇ ਆਪਣੇ ਵਹੀਕਲ ਦੱਸ ਸਕਦੇ ਜੇ ਕਿਸੇ ਦਾ ਚੋਰੀ ਹੋਇਆ ਔਰ ਜੇ ਕੋਈ ਇਹਦੇ ਮਾਲਕਾਨਾ ਹੱਕ ਹੈਗਾ ਤਾਂ। ਠੀਕ ਹੈ।